ਜਦੋਂ ਮੈਂ ਆਪਣਾ ਦਿੱਲੀ ਆਪਣੇ ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਫਲਾਈਟ ਲਈ ਸੀ ਅਤੇ ਮੈਂ ਅੰਮ੍ਰਿਤਸਰ ਤੋਂ ਜਦੋਂ ਮੈਂ ਮੇਰਾ ਇਮੀਗ੍ਰੇਸ਼ਨ ਕਲੀਅਰ ਕੀਤੀ ਅਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ, ਮੈਂ ਕਿਹਾ ਮੈਂ ਸਿੰਗਾਪੁਰ ਮਲੇਸ਼ੀਆ ਜਾ ਰਿਹਾ, ਅਤੇ ਕਹਿੰਦੇ ਕਦੋਂ ਤੁਸੀਂ ਵਾਪਸ ਆਉਣਾ, ਮੈਂ ਕਿਹਾ ਮੇਰਾ 1 ਵੀਕ ਦਾ ਟੂਰ ਹੈ ਅਤੇ ਮੈਂ ਆਫਟਰ 1 ਵੀਕ ਜਦੋਂ ਮੇਰੀ ਡਿਪਾਰਚਰ ਡੇਟ ਸੋਰੀ ਅਰਾਈਵਲ ਡੇਟ ਆ ਉਦੋਂ ਮੈਂ ਵਾਪਸ ਆ ਜਾਣਾ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਓਕੇ, ਫਿਰ ਉਹਨਾਂ ਨੇ ਸਟੈਂਪ ਲਗਾ ਤੀ ਡਿਪਾਰਚਰ ਦੀ ਅਤੇ ਮੈਂ ਫਲਾਈ ਕੀਤਾ। ਜਦੋਂ ਮੈਂ ਸਿੰਗਾਪੁਰ 'ਚ ਲੈਂਡ ਕੀਤਾ ਅਤੇ ਮੈਨੂੰ ਜਦੋਂ ਸਾਰੇ ਜਾ ਰਹੇ ਸੀ ਅਤੇ ਮੇਰਾ ਉਹਨਾਂ ਨੇ ਪਾਸਪੋਰਟ ਕਿਹਾ ਕਿ ਮੈਨੂੰ ਕਹਿੰਦੇ ਕਿ ਆਰ ਯੂ ਟਰੈਵਲਿੰਗ ਲੋਨ, ਮੈਂ ਕਿਹਾ ਯੈਸ ਆਈ ਐਮ ਟਰੈਵਲਿੰਗ ਲੋਨ। ਸੋ ਉਹਨਾਂ ਨੇ ਕਿਹਾ ਕਿ ਵੇਟ ਕਰੋ ਤੁਸੀਂ, ਅਤੇ ਉਹ ਇੱਕ ਉਹਨਾਂ ਨੇ ਇੱਕ ਬੈੱਲ ਵਜਾਈ ਅਤੇ ਬੈੱਲ ਵਜਾ ਕੇ ਇੱਕ ਲੜਕੇ ਨੂੰ ਬੁਲਾਇਆ ਉੱਧਰੋਂ, ਅਤੇ ਲੜਕਾ ਆਇਆ ਅਤੇ ਲੜਕਾ ਮੇਰਾ ਪਾਸਪੋਰਟ ਲੈ ਕੇ ਅਤੇ ਮੈਨੂੰ ਕਹਿੰਦਾ ਮਿਸਟਰ ਫੋਲੋ ਮੀ, ਅਤੇ ਮੈਂ ਮਿਸਟਰ ਨਾਲ ਚੱਲ ਪਿਆ, ਮੈਂ ਲੜਕੇ ਨਾਲ ਚੱਲ ਪਿਆ ਅਤੇ ਫਿਰ ਲੜਕਾ ਕਹਿੰਦਾ ਕਿ ਜੋ ਜੋ ਵੀ ਤੁਹਾਡੇ ਕੋਲ ਹੈਗੇ ਆ ਡਾਕੂਮੈਂਟ ਕਿ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਉਹ ਮੈਨੂੰ ਪ੍ਰੋਵਾਈਡ ਕਰਾ ਦਿਓ। ਮੈਂ ਆਪਣੀ ਹੋਟਲ ਬੁਕਿੰਗ ਦਿੱਤੀ, ਆਪਣਾ ਮਲੇਸ਼ੀਆ ਦਾ ਵੀਜ਼ਾ ਦਿੱਤਾ ਉਹਨੂੰ, ਅਤੇ ਇਹੀ ਚੀਜ਼ਾਂ ਮੈਂ ਉਹਨੂੰ ਦਿੱਤੀਆਂ। ਅਤੇ ਬਾਅਦ 'ਚੋਂ ਮੈਂ ਕਿਹਾ ਮੇਰੇ ਕੋਲ ਡੋਲਰ ਵੀ ਹੈਗੇ, ਮੇਰੇ ਕੋਲ ਡੈਬਿਟ ਕਾਰਡ ਵੀ ਹੈਗਾ, ਕ੍ਰੈਡਿਟ ਕਾਰਡ ਵੀ ਹੈਗਾ। ਫਿਰ ਉਹਨੇ ਕਿਹਾ ਕਿ ਓਕੇ ਵੇਟ ਕਰੋ ਉੱਥੇ। ਫਿਰ ਮੈਂ ਮੈਕਸੀਮਮ ਅੱਧਾ ਘੰਟਾ ਉੱਥੇ ਬੈਠਾ ਰਿਹਾ ਕਾਊਂਟਰ 'ਤੇ, ਉਹ ਸ਼ਾਇਦ ਕਿ ਮੂਵਮੈਂਟ ਵੀ ਚੈੱਕ ਕਰਦੇ ਬੰਦੇ ਦੀ, ਉਹ ਵੀ ਤੁਸੀਂ ਦੇਖਣਾ ਕਿ ਕਿਸੇ ਵੀ ਕੰਟਰੀ ਜਾ ਰਹੇ ਹੋ ਅਤੇ ਉੱਥੇ ਫੰਬਲਿੰਗ ਵਗੈਰਾ ਨਾ ਕਰੋ ਕਿਸੇ ਬੰਦੇ ਨਾਲ, ਜਿੱਦਾਂ ਜਦ ਤੁਹਾਡੇ ਲਾਗੇ ਕੋਈ ਹੋਰ ਵੀ ਬੈਠਾ ਹੋਇਆ ਉਹਦੇ ਨਾਲ ਕੋਈ ਗੱਲਬਾਤ ਨਾ ਕਰੋ, ਕਿਉਂਕਿ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਕੀ ਪਤਾ ਉਹ ਬੰਦਾ ਕ੍ਰਿਮੀਨਲ ਹੋਏ ਜਾਵੇ। ਫਿਰ ਉਹ ਕਹਿੰਦੇ ਕਿ ਸ਼ਾਇਦ ਇਹ ਗਰੁੱਪ ਹੁੰਦਾ ਵਾ ਕਿ ਗਰੁੱਪ 'ਚ ਆਏ ਬੰਦੇ ਆ, ਕਿ ਕੋਈ ਜੇ ਉਹ ਕ੍ਰਿਮੀਨਲ ਹੋਇਆ ਤਾਂ ਤੁਸੀਂ ਵੀ ਫਸ ਸਕਦੇ ਹੋ ਅੱਜ ਕੰਮ 'ਚ। ਫਿਰ ਉਹਨਾਂ ਨੇ ਮੈਨੂੰ ਬੁਲਾਇਆ ਬਾਅਦ 'ਚ ਕਹਿੰਦੇ ਜਸਪਾਲ ਸਿੰਘ, ਅਤੇ ਮੈਂ ਉੱਥੇ ਗਿਆ ਕਾਊਂਟਰ 'ਤੇ, ਅਤੇ ਕਾਊਂਟਰ 'ਤੇ ਔਫਿਸਰ ਹੀ ਇਮੀਗ੍ਰੇਸ਼ਨ ਔਫਿਸਰ ਹੀ ਸਟਾਰ ਸਟੂਰ ਲੱਗੇ ਸੀ ਉਹਦੇ, ਅਤੇ ਉਹਨੇ ਕਿਹਾ ਕਿ ਤੁਸੀਂ ਇੱਥੇ ਘੁੰਮਣ ਫਿਰਨ ਆਏ, ਮੈਂ ਕਿਹਾ ਹਾਂਜੀ ਮੈਂ ਇੱਥੇ ਘੁੰਮਣ ਫਿਰਨ ਆਇਆ। ਸੋ ਕਹਿੰਦੇ ਕਿ ਮੈਨੂੰ ਆਪਣੀ ਹੋਟਲ ਬੁਕਿੰਗ ਦਿਖਾਓ, ਮੈਂ ਕਿਹਾ ਹੋਟਲ ਬੁਕਿੰਗ ਦੇਖੋ ਕਿ ਮੈਂ ਇੰਨੀ ਤੋਂ ਇੰਨੀ ਤਰੀਕ ਤੱਕ ਮੈਂ ਇੱਥੇ ਰਹਾਂਗਾ, ਇਸ ਤੋਂ ਬਾਅਦ ਮੈਂ ਬਾਈਪਾਸ ਮਲੇਸ਼ੀਆ ਜਾਵਾਂਗਾ, ਬਾਏ ਮਲੇਸ਼ੀਆ ਤੋਂ ਫਿਰ ਮੈਂ ਵਾਪਸ ਸਿੰਗਾਪੁਰ ਆਵਾਂਗਾ, ਅਤੇ ਸਿੰਗਾਪੁਰ ਤੋਂ ਮੈਂ ਇੰਡੀਆ ਲੈਂਡ ਹੋ ਜਾਵਾਂਗਾ। ਅਤੇ ਓਕੇ, ਕਹਿੰਦੀ ਓਕੇ। ਸੋ ਕਹਿੰਦੀ ਕਿ ਤੇਰੇ ਕੋਲ ਸਫੀਸ਼ੀਐਂਟ ਫੰਡ ਹੈਗੇ, ਮੈਂ ਕਿਹਾ ਹਾਂਜੀ ਮੇਰੇ ਕੋਲ 600 ਸਿੰਗਾਪੁਰੀ ਡੋਲਰ ਹੈ, ਅਤੇ ਮੇਰੇ ਕੋਲ ਕ੍ਰੈਡਿਟ ਕਾਰਡ ਹੈ ਇਹ 'ਚ ਵੀ ਮੇਰੇ ਕੋਲ ਸਫੀਸ਼ੀਐਂਟ ਫੰਡ ਹੈ, ਅਤੇ ਮੇਰਾ ਡੈਬਿਟ ਕਾਰਡ ਹੈ ਇਹ 'ਚ ਵੀ ਸਫੀਸ਼ੀਐਂਟ ਫੰਡ ਆ, ਅਤੇ ਮੈਂ ਇੱਥੇ ਆ ਆਪਣੇ ਟ੍ਰਾਂਸੈਕਸ਼ਨਾਂ ਕਰ ਸਕਦਾ ਮੈਂ, ਇਹ ਵੈਲਿਡ ਹੈ ਇੱਥੇ ਕਿ ਸਿੰਗਾਪੁਰ 'ਚ ਵੀ ਵੈਲਿਡ ਹੈ। ਸੋ ਫਿਰ ਉਹਨਾਂ ਨੇ ਕਿਹਾ ਕਿ ਓਕੇ। ਸੋ ਉਹਨਾਂ ਨੂੰ ਥੋੜ੍ਹਾ ਜਿਹਾ ਹੋ ਗਿਆ ਕਿ ਇਹ ਬੰਦਾ ਜੈਨੂਅਨ ਆ ਅਤੇ ਇਹ ਇੱਥੇ ਘੁੰਮਣ ਫਿਰਨ ਹੀ ਆਇਆ। ਫਿਰ ਉਹਨਾਂ ਨੇ ਕਹਿੰਦੇ ਕਿ ਪਾਸਪੋਰਟ 'ਤੇ ਉਹਨਾਂ ਨੇ ਸਟੈਂਪ ਲਗਾਈ, 30 ਡੇਜ਼ ਦੀ ਮੇਰੀ ਹੋਈ ਸੀ, ਅਤੇ ਫਿਰ ਉਹਨਾਂ ਨੇ ਕਹਿੰਦੇ ਕਿ ਜਾਓ। ਉਹਨੇ ਗੇਟ ਖੋਲ੍ਹਿਆ ਲੱਗ ਹੋਈ, ਅਤੇ ਉਹ ਨਾਲ ਹੀ ਮੈਂ ਆਪਣਾ ਸਮਾਨ ਚੱਕਿਆ ਅਤੇ ਮੈਂ ਚੱਲ ਪਿਆ। ਅਤੇ ਫਿਰ ਮੈਂ ਬਸ ਇਹੀ ਸੀ ਸਿੰਗਾਪੁਰ ਦੀ। ਫਿਰ ਜਦੋਂ ਵਾਪਸ ਆਇਆ ਮੈਂ, ਅਤੇ ਵਾਪਸ ਆਉਂਦੇ ਬਾਕੀ ਮੈਨੂੰ ਔਫਿਸਰ ਜਿਹੜਾ ਸੀ ਉਹ ਕੋਈ ਮੇਰੇ ਖਿਆਲ ਨਾਲ ਪਾਕਿਸਤਾਨੀ ਸੀ ਕੋਈ, ਜਾਂ ਉਹ ਅਰਸ਼ਦ ਨਾਮ ਸੀ ਉਹਦਾ। ਫਿਰ ਉਹ ਮੈਨੂੰ ਕਹਿੰਦਾ ਕਿ ਇੱਥੇ ਤੁਸੀਂ ਸਿੰਗਾਪੁਰ ਦੇ ਤੁਹਾਡੀਆਂ ਤਿੰਨ ਵਾਰ ਕਲੀਅਰ ਕੀਤਾ ਤੁਸੀਂ ਇਮੀਗ੍ਰੇਸ਼ਨ। ਮੈਂ 3 ਵਾਰ ਕਲੀਅਰ ਕੀਤਾ, ਕਿਉਂਕਿ ਮੈਂ ਜਦੋਂ ਮਲੇਸ਼ੀਆ ਤੋਂ ਵਾਪਸ ਆਇਆ ਸੀ ਉਦੋਂ ਵੀ ਇਮੀਗ੍ਰੇਸ਼ਨ ਕਲੀਅਰ ਕਰਨਾ ਪਿਆ, ਜਦੋਂ ਮੈਂ ਇੰਡੋਨੇਸ਼ੀਆ ਗਿਆ ਸੀ ਬਤਾਮ ਆਈਸਲੈਂਡ ਆਉਂਦੇ ਬਾਕੀ ਫਿਰ ਇਮੀਗ੍ਰੇਸ਼ਨ ਕਲੀਅਰ, ਅਤੇ ਉਹਨਾਂ ਨੇ 3 ਵਾਰੀ ਮੇਰੇ 30 ਡੇਜ਼ ਦੀਆਂ ਉਹ ਸਟੈਂਪਾਂ ਲਗਾਈਆਂ ਸੀ ਮੇਰੇ ਪਾਸਪੋਰਟ 'ਤੇ। ਫਿਰ ਸਾਰਿਆਂ ਨੂੰ ਮੈਂ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਔਫਿਸਰ ਤਾਂ ਮੇਰੇ ਤੋਂ ਖੁਸ਼ ਬਹੁਤ ਹੋਇਆ ਸੀ ਜਦੋਂ ਮੈਂ ਮਲੇਸ਼ੀਆ ਤੋਂ ਸਿੰਗਾਪੁਰ ਆਇਆ। ਉਹ ਕਹਿੰਦਾ ਕਿ ਤੁਸੀਂ ਇੱਥੇ, ਮੈਂ ਕਿਹਾ ਮੈਂ ਮਲੇਸ਼ੀਆ ਤੋਂ ਇੱਥੇ, ਮੈਂ ਕਿਹਾ ਮੈਂ ਕ੍ਰਿਸਮਿਸ ਸੈਲੀਬ੍ਰੇਟ ਕਰਨਾ ਆ ਰਿਹਾ। ਫਿਰ ਸਿੰਗਾਪੁਰ 'ਚ ਮੈਨੂੰ ਵਧੀਆ ਲੱਗਿਆ ਸਿੰਗਾਪੁਰ, ਇੱਦਾਂ ਦਾ ਉਹਨਾਂ ਦੀ ਕੰਟਰੀ ਦੀ ਤੁਸੀਂ ਥੋੜ੍ਹੀ ਟੂਰ ਬਣਾ ਦੇਣੀ ਕਿ ਤੁਹਾਡੀ ਕੰਟਰੀ ਬਹੁਤ ਸੋਹਣੀ ਹੈ। ਸੋ ਉਹ ਖੁਸ਼ ਹੋ ਜਾਂਦੇ ਬੰਦੇ, ਅਤੇ ਇਹ ਗੱਲ ਹੋਈ। ਫਿਰ ਮੈਨੂੰ ਕਹਿੰਦਾ ਕਿ ਓਕੇ, ਫਿਰ ਉਹਨਾਂ ਨੇ ਮੋਹਰ ਲਗਾ ਤੀ, ਫਿਰ ਮੇਰੀ 30 ਡੇਜ਼ ਦੀ। ਫਿਰ ਆਉਂਦੇ ਬਾਕੀ ਜਦੋਂ ਅਰਸ਼ਦ ਸੀ ਬੰਦਾ ਉਹ ਇਮੀਗ੍ਰੇਸ਼ਨ ਔਫਿਸਰ, ਮੈਂ ਉਹਦੇ ਇੱਥੇ ਨੇਮ ਪਲੇਟ ਪੜ੍ਹ ਲਈ ਸੀ, ਉਹ ਕਹਿੰਦਾ ਕਿ ਇੱਦਾਂ ਦਾ ਮੈਨੂੰ ਮੇਰੀ ਬੜੀ ਉਹਨੇ ਵੈਰੀਫਿਕੇਸ਼ਨ ਕੀਤੀ ਕੰਪਿਊਟਰ 'ਤੇ ਲੱਗਾ ਰਿਹਾ ਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ, ਕੋਈ ਇੱਦਾਂ ਦਾ ਕਿ 3 ਕੰਟਰੀਆਂ ਘੁੰਮਾਇਆ ਇੱਕ ਵਾਰ 'ਚ ਹੀ। ਅਤੇ ਕੁਛ ਨਹੀਂ, ਉਹ ਤੁਸੀਂ ਉਹ ਕੁਛ ਨਹੀਂ ਹੁੰਦਾ ਉਹ, ਜੇ ਤੁਹਾਡੇ ਨਾਲ ਥੋੜ੍ਹਾ ਰੂਡਲੀ ਵੀ ਦੇਖਣ ਤੁਹਾਨੂੰ, ਤੁਸੀਂ ਘਬਰਾਉਣਾ ਨਹੀਂ, ਤੁਸੀਂ ਇਹ ਨਹੀਂ ਦੇਖਣਾ ਕਿ ਉਹ ਅਗਲੇ ਤੁਹਾਡੇ ਲਈ ਰੂਡਲੀ ਦੇਖਣ ਦੇ ਆ ਅਤੇ ਤੁਸੀਂ ਡਰ ਜਾਓਗੇ ਜਾਂ ਤੁਸੀਂ ਕੁਛ ਹੋ। ਤੁਸੀਂ ਰੀਅਲ ਟੂਰਿਸਟ ਹੋ, ਤੁਸੀਂ ਘੁੰਮ ਫਿਰ ਕੇ ਵਾਪਸ ਆਪਣੀ ਕੰਟਰੀ ਇਨ ਉਹਨਾਂ ਦੀ ਡਿਊਰੇਸ਼ਨ ਜਿੰਨੀ ਹੈਗੀ ਉਹਦੇ ਵਿੱਚ ਜਾ ਰਹੇ ਹੋ, ਅਤੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ। ਅਤੇ ਬਸ ਇਹੀ ਸੀ।
ਅਤੇ ਬਾਅਦ 'ਚ ਮੈਂ ਫਿਰ ਉੱਥੇ ਉਹਨਾਂ ਨੇ ਕਿਆ ਕਹਿੰਦਾ ਕਿ ਜਾਓ, ਉਹਨੇ 10-15 ਮਿੰਟ ਆਪਣੀ ਵੈਰੀਫਿਕੇਸ਼ਨ ਕੀਤੀ ਅਤੇ ਡਿਪਾਰਚਰ ਦੀ ਮੋਹਰ ਲਾਈ ਅਤੇ ਇੰਡੀਆ ਆ ਗਿਆ। ਸੋ ਇਹ ਸੀ ਮੇਰੀ ਸਿੰਗਾਪੁਰ ਦੀ ਜਰਨੀ ਕਿ ਮੈਂ ਇਮੀਗ੍ਰੇਸ਼ਨ ਕਿੱਦਾਂ ਕਲੀਅਰ ਕੀਤੀ। ਜੇ ਤੁਸੀਂ ਬਤਾਮ ਜਾਣਾ ਚਾਹੁੰਦੇ ਹੋ ਉੱਥੇ ਇੰਡੋਨੇਸ਼ੀਆ ਸਿੰਗਾਪੁਰ ਤੋਂ, ਉਹਦੀ ਮੈਂ ਨੈਕਸਟ ਵੀਡੀਓ ਮੈਂ ਬਣਾਈ ਦੀ ਆ, ਉਹ ਮੇਰੀ ਤੁਸੀਂ ਵੀਡੀਓਸ 'ਚ ਜਾ ਕੇ ਤੁਸੀਂ ਮੇਰੀਆਂ ਵੀਡੀਓਜ਼ ਦੇਖ ਸਕਦੇ ਹੋ। ਥੈਂਕ ਯੂ। ਐਸੀ ਮੇਰੀ ਜਾਣਕਾਰੀ ਸਿੰਗਾਪੁਰ ਇਮੀਗ੍ਰੇਸ਼ਨ ਕਲੀਅਰ ਦੀ। ਅਤੇ ਹੋਰ ਵੀ ਜਾਣਕਾਰੀਆਂ ਲਈ, ਸ਼ੈਨਗਨ ਵੀਜ਼ਾ, ਹੋਰ ਵੀ ਕੰਟਰੀਆਂ ਦੀ ਜਾਣਕਾਰੀ ਲਈ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕੋਨ ਨੂੰ ਦਬੋ। ਥੈਂਕ ਯੂ। ਸੋਨੂੰ ਤਰਵਾਲ ਬਲੌਗ 'ਚ ਤੁਹਾਡਾ ਸਵਾਗਤ ਸੀ। ਥੈਂਕ ਯੂ।